ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਤੀਜਿਆਂ ਤੋਂ ਬਾਅਦ ਲਿਆ ਇੱਕ ਅਹਿਮ ਫੈਸਲਾ। ਜਿਵੇਂ ਹੀ 8ਵੀਂ ਅਤੇ 12ਵੀਂ ਦੇ ਜਿਹੜੇ ਨਤੀਜੇ ਨੇ ਐਲਾਨੇ ਗਏ, ਮੈਰਿਟ ਲਿਸਟ ਜਾਰੀ ਕੀਤੀ ਗਈ ਹੈ, ਉਸ ਤੋਂ ਬਾਅਦ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਨਤੀਜਿਆਂ ਨੂੰ ਲਾਈਵ ਕਰ ਦਿੱਤਾ ਗਿਆ ਹੈ, ਕਿਉਂਕਿ ਅੱਜ 1 ਮਈ ਯਾਨੀ ਲੇਬਰ ਡੇ ਦੇ ਚੱਲਦਿਆਂ ਬੋਰਡ ਦੇ ਵਿੱਚ ਵੀ ਛੁੱਟੀ ਰਹੇਗੀ। ਸੋ ਜਿਸ ਦੇ ਚੱਲਦਿਆਂ ਨਤੀਜਿਆਂ ਨੂੰ ਲਾਈਵ ਕਰ ਦਿੱਤਾ ਗਿਆ ਹੈ। ਜਿਹੜੇ ਵਿਦਿਆਰਥੀ ਨੇ ਉਹ ਆਪਣੇ ਨਤੀਜੇ ਹੁਣ ਚੈੱਕ ਕਰ ਸਕਦੇ ਨੇ, ਤੁਸੀਂ ਆਫੀਸ਼ੀਅਲ ਵੈਬਸਾਈਟ ਜਿਹੜੀ ਹੈ ਉਸ ਦੇ ਉੱਤੇ ਦੇਖ ਸਕਦੇ ਹੋ। ਸੀਨੀਅਰ ਸੈਕੈਂਡਰੀ 10th ਪਲੱਸ 2 ਐਗਜ਼ਾਮੀਨੇਸ਼ਨ ਰਿਜ਼ਲਟ ਐਂਡ ਮਿਡਲ ਐਗਜ਼ਾਮੀਨੇਸ਼ਨ ਰਿਜ਼ਲਟ March 2024 ਨੋ ਅਵੇਲੇਬਲ, ਯਾਨੀ ਕਿ ਨਤੀਜਿਆਂ ਨੂੰ ਲਾਈਵ ਕਰ ਦਿੱਤਾ ਗਿਆ ਹੈ। ਸੋ ਜਿਹੜੀ ਵੱਡੀ ਅਪਡੇਟ ਜਿਹੜੀ ਵਿਦਿਆਰਥੀਆਂ ਲਈ ਆ ਰਹੀ ਹੈ ਕਿ ਜਿਹੜੇ ਤਾਂ ਮੈਰਿਟ ਲਿਸਟ ਦੇ ਵਿਦਿਆਰਥੀ ਨੇ ਉਹਨਾਂ ਦੇ ਨਤੀਜੇ ਤਾਂ ਆ ਚੁੱਕੇ ਸੀ, ਪਰ ਜਿਹੜੇ ਰਹਿੰਦੇ ਵਿਦਿਆਰਥੀ ਨੇ ਉਹਨਾਂ ਦਾ ਨਤੀਜਾ ਵੀ ਹੁਣ ਲਾਈਵ ਹੋ ਚੁੱਕਿਆ ਹੈ। ਤੁਸੀਂ ਰਿਜ਼ਲਟ 'ਤੇ ਕਲਿੱਕ ਕਰਕੇ ਆਫੀਸ਼ੀਅਲ ਚੈੱਕ ਕਰ ਸਕਦੇ ਹੋ ਕਿ ਜਿਹੜੇ ਸੀਨੀਅਰ ਸੈਕੰਡਰੀ ਅਤੇ ਐਗਜ਼ਾਮੀਨੇਸ਼ਨ ਮਿਡਲ ਦੇ ਨਤੀਜੇ ਨੇ ਉਹ ਐਲਾਨ ਦਿੱਤੇ ਗਏ ਨੇ। ਸੋ ਇੱਕ ਵੱਡੀ ਅਪਡੇਟ ਜਿਹੜੀ ਦਿੰਦੀ ਨਿਕਲ ਕੇ ਆ ਰਹੀ ਸੀ, ਸੋਚਿਆ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਸੋ ਇਸ ਵੀਡੀਓ ਵਿੱਚ ਇੰਨਾ ਹੀ, ਧੰਨਵਾਦ।